ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੋਏ 3 ਧਮਾਕਿਆਂ ਬਾਰੇ ਅਤੇ ਨਾਲ ਹੀ ਜ਼ਿਕਰ ਹੋਏਗਾ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਦਾ। ਕੀ ਉਹਦਾ ਕੋਈ ਇਸ ਦੇ ਵਿੱਚ ਲਿੰਕ ਸੀ ਜਾਂ ਨਹੀਂ ਸੀ? ਦੱਸਾਂਗੇ ਅਸਲੀਅਤ ਕੀ ਸੀ, ਕਿਹੜੀ ਜਥੇਬੰਦੀ ਇਹਦੇ ਨਾਲ ਸੰਬੰਧਿਤ ਸੀ ਜਾਂ ਹੋ ਸਕਦੀ ਆ। ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਾਂਗੇ ਕਿ ਕੋਸ਼ਿਸ਼ ਕੀਤੀ ਗਈ ਸੀ ਕਿ ਸੱਚ ਅੱਧ ਪਚੱਧ ਹੀ ਦੱਸਿਆ ਜਾਵੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰਾਂਗੇ ਕਿ ਉਹਨਾਂ ਨੇ ਇਹਨਾਂ ਬੰਬ ਧਮਾਕਿਆਂ ਨੂੰ ਕਿਸ ਕਿਸਮ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ, ਉਹ ਰੰਗਤ ਸਹੀ ਸੀ ਜਾਂ ਗਲਤ ਸੀ। ਦੱਸਾਂਗੇ ਪੁਲਿਸ ਨੂੰ ਭੇਜੇ ਗਏ ਸਾਡੇ ਵੱਲੋਂ 6 ਸਵਾਲ, ਉਹਨਾਂ ਦਾ ਕੀ ਜਵਾਬ ਆਇਆ ਜਾਂ ਨਹੀਂ ਆਇਆ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਅਰਜ਼ਾ। ਮਈ 6 ਤੋਂ ਲੈ ਕੇ 10 ਮਈ ਤੱਕ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਰਦ ਗਿਰਦ ਅਤੇ ਇੱਕ ਸਰਾਂ ਦੇ ਸਾਹਮਣੇ ਲੋਅ ਇੰਟੈਂਸਿਟੀ ਬੰਬ ਧਮਾਕਾ ਹੋਇਆ, 3ਜਾ ਧਮਾਕਾ ਸਰਾਂ ਦੇ ਬਾਹਰ। ਸੋ ਪਹਿਲੇ 2 ਧਮਾਕਿਆਂ 'ਚ ਕੋਈ ਫੜਿਆ ਨਹੀਂ ਗਿਆ। ਇਹ ਧਮਾਕੇ ਹੈਰੀਟੇਜ ਸਟਰੀਟ ਦੇ ਵਿੱਚ ਹੋਏ। NIA ਯਾਨੀ ਕਿ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਟੀਮ ਆ ਗਈ, ਫੋਰੈਂਸਿਕ ਟੀਮ ਆ ਗਈ, ਜਾਂਚ ਸ਼ੁਰੂ ਹੋ ਗਿਆ। ਪਤਾ ਲੱਗਿਆ ਜੀ ਬੰਬ ਤਾਂ ਨਿੱਕੇ ਹੀ ਸੀ, ਇਹ ਪਟਾਕੇ ਜੇ ਸੀ, ਇਹਨਾਂ ਦੇ ਵਿੱਚ ਕੋਈ ਡੈਟਾਨੇਟਰ ਨਹੀਂ ਸੀ, ਕੋਈ ਰਿਮੋਟ ਕੰਟਰੋਲ ਨਹੀਂ ਸੀ, ਪਰ ਸੀਗੇ ਇਹ ਬੰਬ ਸ਼ਰਾਰਤੀ ਅਨਸਰਾਂ ਵੱਲੋਂ। 3ਜਾ ਧਮਾਕਾ ਜਦੋਂ ਦਰਬਾਰ ਸਾਹਿਬ ਕੰਪਲੈਕਸ 'ਚ ਹੁੰਦਾ ਹੈ ਤਾਂ ਸੰਗਤ ਰਾਤੀ 1 ਵਜੇ ਤੋਂ ਬਾਅਦ ਆਰੋਪੀ ਨੂੰ ਵੇਖ ਲੈਂਦੀ ਹੈ ਅਤੇ ਕੁਝ ਪੋਸਟਰ ਜਿਹੜੇ ਉਹ ਖੰਡਾ ਰਿਹਾ ਸੀ ਉਹ ਰਿਕਵਰ ਕਰ ਲੈਂਦੀ ਆ। ਮੁਲਾਜ਼ਮਾਂ ਨੂੰ SGPC ਦਿਆਂ ਨੂੰ ਇਨਫੋਰਮ ਕਰਤਾ ਜਾਂਦਾ, ਉਹ ਸਤਰਕ ਹੋ ਜਾਂਦੇ ਆ, CCTV ਦੀ ਫੁਟੇਜ ਖੰਗਾਲੀ ਜਾਂਦੀ ਆ, ਬੰਦੇ ਆਇਡੈਂਟੀਫਾਈ ਹੋ ਜਾਂਦੇ ਆ, ਪੁਲਿਸ ਬੁਲਾ ਲਈ ਜਾਂਦੀ ਆ। ਉਹਤੋਂ ਬਾਅਦ ਕੀ ਹੁੰਦਾ, ਫਿਰ ਜੇ 2 ਬੰਦੇ ਫੜੇ ਜਾਂਦੇ ਆ ਅਤੇ 1 ਜਨਾਨੀ, ਉਹ 1 ਦੀ ਘਰ ਵਾਲੀ ਹੁੰਦੀ ਆ, ਉਹ ਪੁਲਿਸ ਫਿਰ ਉਹਨਾਂ ਨੂੰ ਲੈ ਜਾਂਦੀ ਆ। ਜਿਹੜੇ ਕਾਗਜ਼ ਯਾਨੀ ਕਿ ਪੋਸਟਰ ਬਰਾਮਦ ਹੁੰਦੇ ਆ ਉਹ ਵੀ ਪੁਲਿਸ ਨੂੰ ਦੇ ਦਿੰਦੇ ਆ, ਪਰ ਉਸ ਤੋਂ ਪਹਿਲਾਂ ਇਹ ਪੋਸਟਰ SGPC ਦੇ ਮੁਲਾਜ਼ਮ ਪੜ੍ਹ ਲੈਂਦੇ ਆ। ਅਤੇ ਇੱਕ ਪੋਸਟਰ ਜੋ ਸਾਨੂੰ ਪਤਾ ਲੱਗਿਆ SGPC ਦੇ ਪ੍ਰਧਾਨ ਧਾਮੀ ਸਾਹਿਬ ਨੂੰ ਵੀ ਫੜਾ ਦਿੱਤਾ ਜਾਂਦਾ। ਸੋ ਇਹ ਪੋਸਟਰ ਉਹਨਾਂ ਕੋਲ ਆ। ਹੁਣ ਤੁਹਾਨੂੰ ਪਹਿਲਾਂ ਦੱਸਦੇ ਹਾਂ ਕਿ ਪ੍ਰੈਸ ਕਾਨਫਰੰਸ 'ਚ ਅੰਮ੍ਰਿਤਸਰ ਪੁਲਿਸ ਨੇ ਦਾਅਵਾ ਕੀ ਕੀਤਾ ਅਤੇ ਫਿਰ ਅਸੀਂ ਦੱਸਾਂਗੇ ਕਿ ਫਿਰ ਇਹ ਪੁਲਿਸ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸ ਕੀ ਨਹੀਂ ਰਹੀ, ਲੁਕੋ ਕੀ ਰਹੀ ਆ, ਉਹਦੇ ਬਾਰੇ ਵੀ ਦੱਸਾਂਗੇ। ਭਾਵੇਂ ਜੇ ਇਹ ਗੱਲ ਪੂਰੀ ਦੱਸੀ ਜਾਂਦੀ ਤਾਂ ਫਿਰ ਪੁਲਿਸ ਨੂੰ ਵੀ ਫਾਇਦਾ ਹੋਣਾ ਸੀ, ਪੰਜਾਬ ਸਰਕਾਰ ਨੂੰ ਵੀ ਫਾਇਦਾ ਹੋਣਾ ਸੀ, ਪਰ ਇਹ ਪੂਰੀ ਗੱਲ ਦੱਸੀ ਨਹੀਂ ਗਈ। ਖੈਰ ਅੱਗੇ ਆਉਂਦਿਆਂ ਤੁਹਾਨੂੰ ਪੂਰੀ ਦੱਸਾਂਗੇ। ਪਹਿਲਾਂ ਐਲਾਨ ਪੁਲਿਸ ਨੇ ਕੀਤਾ ਜੀ 5 ਆਰੋਪੀ ਫੜ ਲਏ। ਪਹਿਲਾ ਆਜ਼ਾਦ ਵੀਰ ਸਿੰਘ ਜਿਹਨੇ ਬੰਬ ਕਾਂਡ ਸਰੇ ਅੰਜਾਮ ਕੀਤਾ, ਦੂਜਾ ਅਮਰੀਕ ਸਿੰਘ, ਧਰਮਿੰਦਰ ਸਿੰਘ, ਹਰਜੀਤ ਸਿੰਘ, ਸਾਹਿਬ ਸਿੰਘ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਉਹਨਾਂ ਨੇ ਕਿਹਾ, ਯਾਨੀ ਕਿ 5 ਦੇ 5 ਸਿੱਖ। ਉਦੋਂ ਬਾਅਦ ਉਹ ਕਹਿੰਦੇ ਉਹਦਾ UAPA ਲਾਤਾ। UAPA ਇੱਕ ਸਖਤ ਕਾਨੂੰਨ ਹੁੰਦਾ UP ਦੇ ਵਿੱਚ, ਜਿਹੜਾ ਹੈਗਾ ਯੋਗੀ ਆਦਿੱਤਿਆ ਨਾਥ ਮੁੱਖ ਮੰਤਰੀ, ਉਹ ਜਣੇਖਣੇ 'ਤੇ ਲਾ ਦਿੰਦਾ, ਵੈਸੇ ਪੱਤਰਕਾਰਾਂ 'ਤੇ ਵੀ ਲਾ ਦਿੰਦਾ। ਉਹਨੂੰ ਕਹਿੰਦੇ ਜੀ ਅਨਲੋਫੁਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ। ਪੰਜਾਬ 'ਚ ਜੇ ਪੱਤਰਕਾਰਾਂ ਨੂੰ ਬਚਾ ਹੈ, ਇੱਥੇ ਕਿਸੇ 'ਤੇ UAPA ਲੱਗਿਆ ਨਹੀਂ। ਅਗਲਾ ਸਵਾਲ, ਉਹ ਕਹਿੰਦੇ ਆ ਜੀ ਪੁਲਿਸ ਵਾਲੇ ਇਹ ਖਾਲਿਸਤਾਨ ਦੀ ਵਿਚਾਰਧਾਰਾ ਨਾਲ ਸੰਬੰਧਿਤ ਨੇ 5 ਲੋਕ, ਅੱਤਵਾਦੀ ਜਥੇਬੰਦੀ ਨਾਲ ਕਿਹੜੀ ਨਾਲ ਇਹ ਕਨੈਕਟਡ ਆ, ਇਹਦੀ ਅਸੀਂ ਜਾਂਚ ਕਰ ਰਹੇ ਹਾਂ। ਫਿਰ 3ਜੀ ਗੱਲ ਕਹਿੰਦੇ ਆ ਪੁਲਿਸ ਵਾਲੇ, ਵਾਰਦਾਤ ਕਰਨ ਲਈ ਇਹਨਾਂ ਨੂੰ ਬਾਹਰੋਂ ਫੰਡ ਆਇਆ ਸੀ, ਯਾਨੀ ਕਿ ਫੋਰਨ ਫੰਡਿੰਗ ਹੋਈ ਸੀ।
ਚੌਥਾ ਕਹਿੰਦੇ ਆ ਜੀ ਆਜ਼ਾਦ ਵੀਰ ਸਿੰਘ ਉੱਤੇ ਤਾਂ ਛਰਟੇ ਥਾਣੇ ਦੇ ਵਿੱਚ ਇੱਕ NDPS ਐਕਟ ਤਹਿਤ ਮੁਕੱਦਮਾ ਦਰਜ ਆ। ਇਹ ਹੁੰਦਾ ਜੀ ਨਸ਼ੀਲੀਆਂ ਵਸਤਾਂ ਰੱਖਣ ਜਾਂ ਵੇਚਣ ਵਾਲਾ ਮੁਕੱਦਮਾ। ਅਤੇ ਕਹਿੰਦੇ ਇੱਕ ਮੁਕੱਦਮਾ ਹੋਰ ਦਰਜ ਹੈ, ਉਹ ਹੈਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ। ਇਹ ਦੋ ਪਰਚੇ ਦਰਜ ਆ। ਅਤੇ ਪੰਜਵਾਂ ਕਹਿੰਦੇ ਆ ਜੀ ਪੁਲਿਸ ਨੇ ਇਹ ਵੀ ਇੱਕ ਉਹਨਾਂ ਨੇ ਦੱਸਿਆ ਕਿ ਜਿਹੜਾ ਲਿਟਰੇਚਰ ਮਿਲਿਆ, ਲਿਟਰੇਚਰ ਕੀ ਮਿਲਿਆ, ਪੋਸਟਰ ਮਿਲਿਆ, ਪੋਸਟਰ ਦਾ ਬਣਾਇਆ ਉਹਨਾਂ ਲਿਟਰੇਚਰ, ਉਹ ਲਿਟਰੇਚਰ ਜਿਹੜਾ ਮਿਲਿਆ ਸਾਹਿਤ ਉਹ ਰੈਡੀਕਲ ਆ, ਕੱਟੜਪੰਥੀ ਆ, ਇਹ ਲਿਟਰੇਚਰ ਕਹਿੰਦੇ ਸਾਨੂੰ ਮਿਲ ਗਿਆ। ਇੰਨੀ ਕੁ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਦੱਸੀਆਂ ਗਈਆਂ। ਹੁਣ ਆਉਂਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਕੱਟੜਪੰਥੀ ਲਿਟਰੇਚਰ ਦੀ ਜਿਹੜੀ ਗੱਲ ਪੁਲਿਸ ਕਰਦੀ ਹੈ ਉਹ ਹੈ ਕੀ ਸੀ, ਉਹਦੇ ਵਿੱਚ ਮਸਾਲਾ ਕੀ ਸੀ। ਪਹਿਲੀ ਗੱਲ ਜਿਹੜੀ ਕਹਿੰਦੇ ਆ ਜੀ ਉਹ ਪੋਸਟਰ 'ਚ ਜਿਹੜੀ ਕਿ ਹੁਣ ਤੱਕ ਪੰਜਾਬ ਪੁਲਿਸ ਦੱਸਦੀ ਨਹੀਂ ਅਤੇ ਦੱਸਦੀ ਪਤਾ ਨਹੀਂ ਕਿਉਂ ਨਹੀਂ, ਦੱਸਣੀ ਚਾਹੀਦੀ ਸੀ। ਪਹਿਲੀ ਗੱਲ ਪੋਸਟਰ 'ਚ ਲਿਖਿਆ ਆਜ਼ਾਦ ਵੀਰ ਸਿੰਘ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਦਿਬਰੂਗੜ੍ਹ 'ਚੋਂ ਰਿਹਾ ਕਰੋ। ਇਹ ਪਹਿਲਾ ਉਹਨਾਂ ਦੀ ਮੰਗ ਆ। ਦੂਜੀ ਮੰਗ ਕਰਦਾ ਕਿ ਦਰਬਾਰ ਸਾਹਿਬ ਦੀ ਮਰਿਆਦਾ ਬਹਾਲ ਕੀਤੀ ਜਾਏ, ਯਾਨੀ ਕਿ ਇਹ ਸਵਾਲ ਹੋ ਗਿਆ SGPC ਵੱਲ ਕੇਂਦਰਿਤ। ਤੀਜਾ ਮੰਗ ਕਰਦਾ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਤੰਬਾਕੂ ਮੁਕਤ ਕਰ। ਮੈਂ ਇੱਥੇ ਥੋੜ੍ਹਾ ਜਿਹਾ ਪਰਸਨਲ ਕਮੈਂਟ ਕਰਨਾ ਚਾਹੁੰਦਾ, ਬਿਲਕੁਲ ਚੰਗਾ। ਇਹ ਕਿਉਂ ਨਹੀਂ ਕਹਿੰਦੇ ਵੀ ਤੰਬਾਕੂ ਮੁਕਤ ਤਾਂ ਕਰ ਦਿਓ, ਸ਼ਰਾਬ ਮੁਕਤ ਵੀ ਕਰ ਦਿਓ, ਚਿੱਟਾ ਮੁਕਤ ਵੀ ਕਰ ਦਿਓ, ਇਹ ਗੱਲਾਂ ਨਹੀਂ। ਫਿਰ ਨਾਲ ਇਹ ਵੀ ਕਹਿਣਾ ਚਾਹੀਦਾ ਗੁਰੂ ਦੇ ਫਲਸਫੇ 'ਤੇ ਚੱਲਣ ਵਾਲੀ ਇਹ ਨਗਰੀ ਹੈ ਲੋਕਾਂ ਦੀ, ਇਸ ਨਗਰੀ ਨੂੰ ਝੂਠ ਮੁਕਤ ਕਰ ਦਿਓ, ਇਸ ਨਗਰੀ ਨੂੰ ਫਰਾਡ ਮੁਕਤ ਕਰ ਦਿਓ, ਇਸ ਨਗਰੀ ਦੀਆਂ ਦੁਕਾਨਾਂ ਅਤੇ ਢਾਬਿਆਂ 'ਤੇ ਮਿਲਾਵਟ ਬੰਦ ਕਰ ਦਿਓ। ਇਹ ਗੱਲਾਂ ਗੁੱਲਾਂ ਜਿਹੜੀਆਂ ਹੈਗੀਆਂ ਸੀ ਉਹ ਫਿਰ ਜਿਹੜੇ ਆਜ਼ਾਦ ਵੀਰ ਸਿੰਘ ਜੀ ਆ ਉਹਨਾਂ ਨੇ ਆਪਣੇ ਮੰਗ ਪੱਤਰ ਦੇ ਵਿੱਚ ਨਹੀਂ ਲਿਖੀਆਂ। ਫਿਰ ਅਖੀਰਲੀ ਗੱਲ ਕਹਿੰਦੇ ਆ ਆਜ਼ਾਦ ਵੀਰ ਸਿੰਘ ਜੀ ਕਿ ਅੰਮ੍ਰਿਤਸਰ ਦੀ ਸਾਰੀ ਪੁਲਿਸ ਨੂੰ ਯਾਨੀ ਕਿ ਪੰਜਾਬ ਨੂੰ ਖਾਲਸਾਈ ਵਰਦੀ ਪਵਾ ਦਿਓ, ਯਾਨੀ ਕਿ ਨਿੰਘਾਂ ਵਾਲੇ ਚੋਲੇ ਪਵਾ ਦਿਓ। ਇਹੀ ਮਤਲਬ ਹੋਇਆ ਜੀ ਖਾਲਸਾਈ ਵਰਦੀ ਕਿਹੜੀ ਹੁੰਦੀ ਆ, ਯਾਨੀ ਕਿ ਲੰਬੇ ਚੋਲੇ ਪਵਾ ਦਿਓ ਅਤੇ ਸਿਰ 'ਤੇ ਗੋਲ ਪਗੜੀਆਂ ਬਣਾ ਦਿਓ, ਇਹ ਹੋ ਗਈ ਖਾਲਸਾਈ ਵਰਦੀ। ਇਹ ਫਿਰ ਕਹਿੰਦੇ ਜੀ ਪੁਲਿਸ ਵਾਲੇ ਇਹ ਪਾ ਕੇ ਜੇ ਅੰਮ੍ਰਿਤਸਰ 'ਚ ਘੁੰਮਣਗੇ ਫਿਰਨਗੇ ਇਹਦੇ ਨਾਲ ਕੀ ਹੋਊਗਾ ਜੀ, ਸਿੱਖੀ ਦਾ ਪ੍ਰਚਾਰ ਹੋਊਗਾ ਇਹਦੇ ਨਾਲ। ਆਹ ਤਾਂ ਗੱਲਾਂ ਮੰਗੀਆਂ ਉਹਨਾਂ ਨੇ। ਅਤੇ ਮੈਨੂੰ ਇਹ ਦੱਸੋ ਦਰਸ਼ਕੋ, ਮੈਂ ਪੁੱਛਣਾ ਚਾਹੁੰਦਾ ਤੁਸੀਂ ਵੀ ਆਪਣੇ ਦਿਮਾਗ 'ਤੇ ਬੋਝ ਪਾ ਕੇ ਸੋਚੋ, ਹੈ ਕੋਈ ਇਹਨਾਂ ਮੰਗਾਂ ਦਾ ਸੰਬੰਧ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਸਿੱਖਾਂ ਨਾਲ, ਪੰਜਾਬ ਦੇ ਲੋਕਾਂ ਦੀ ਗਰੀਬੀ ਨਾਲ, ਪੰਜਾਬ ਦੀ ਸਮਾਜਿਕ ਸਮੱਸਿਆਵਾਂ ਨਾਲ? ਇਹ ਤਾਂ ਹੈਗੇ ਹੈ ਜੀ ਕਾਰਕੁਨ ਵਾਰਿਸ ਪੰਜਾਬ ਦੇ ਜਿਹੜੇ ਯੋਧੇ ਆ। ਅਤੇ ਫਿਰ ਅੱਗੇ ਗੱਲ ਕਰਦੇ ਆਪਾਂ, ਇਹ ਜਿਹੜਾ ਪੋਸਟਰ ਸੀ ਇਹ ਮੁਲਾਜ਼ਮਾਂ ਕੋਲ ਜਾਂਦਾ SGPC ਦੇ, ਉੱਥੋਂ ਫਿਰ ਇਹ ਘੁੰਮ ਕੇ ਵੀ ਜਾਂਦਾ ਪੁਲਿਸ ਕੋਲ। ਅਤੇ ਫਿਰ ਆਓ ਅੱਗੇ ਤੁਹਾਨੂੰ ਦੱਸਦੇ ਹਾਂ ਪੁਲਿਸ ਪ੍ਰੈਸ ਕਾਨਫਰੰਸ ਨੂੰ ਘੋਖ ਕਰਦੇ ਹਾਂ ਆਪਾਂ, ਜੋ ਉਹਨਾਂ ਨੇ ਕਿਹਾ ਉਹਨੂੰ ਜਿਹੜਾ ਐਨਾਲਿਸਿਸ ਕਰਦੇ ਹਾਂ। ਜੇ ਪੁਲਿਸ ਨੂੰ ਪਤਾ ਸੀ ਕਿ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਅੰਮ੍ਰਿਤਪਾਲ ਦੀ ਰਿਹਾਈ ਮੰਗ ਦੀ ਮੰਗ ਕਰ ਰਹੇ ਆ ਤਾਂ ਫਿਰ ਇਹਨੂੰ ਦੱਸਣ 'ਚ ਕੀ ਹਰਜ ਸੀ, ਇਹਦਾ ਫਾਇਦਾ ਹੀ ਹੋਣਾ ਸੀ। ਲੋਕਾਂ ਨੇ ਪੁੱਛਣਾ ਸੀ ਬਈ ਅੰਮ੍ਰਿਤਪਾਲ ਦੇ ਬੰਦੇ ਦਰਬਾਰ ਸਾਹਿਬ ਧਮਾਕੇ ਕਿਉਂ ਕਰਦੇ ਆ, ਬੜਾ ਗਲਤ ਬੰਦਾ ਸਾਬਤ ਹੋਇਆ ਅੰਮ੍ਰਿਤਪਾਲ। ਯਾਨੀ ਕਿ ਜਿਹੜੀ ਇੱਕ ਵਿਚਾਰ ਬਣਨਾ ਸੀ ਉਹ ਅੰਮ੍ਰਿਤਪਾਲ ਦੇ ਵਿਰੁੱਧ ਬਣਨਾ ਸੀ, ਫਿਰ ਤੁਸੀਂ ਦੱਸਿਆ ਕਿਉਂ ਨਹੀਂ, ਨਾਲੇ ਤੁਸੀਂ ਉਹਦੇ NSA ਲਾ ਕੇ ਦਿਬਰੂਗੜ੍ਹ ਭੇਜਤਾ, ਨਾਲੇ ਉਹਨੂੰ ਗਲਤ ਕਹੀ ਜਾਂਦੇ ਹੋ, ਇੱਥੇ ਤੁਸੀਂ ਉਹਦੀ ਸਪੋਰਟ ਕਰ ਗਏ ਇੱਕ ਤਰੀਕੇ ਨਾਲ, ਇਨਾ ਵੇ ਵਨ ਵੇ ਤੁਸੀਂ ਉਹਦੀ ਸਪੋਰਟ ਕਰ ਗਏ। ਇਹ ਹੁਣ ਪੁਲਿਸ ਹੀ ਦੱਸੂਗੀ ਜੀ ਕੀਤੀ ਕਿਉਂ। ਅਗਲੀ ਗੱਲ, ਜੇ ਬੰਬ ਧਮਾਕਿਆਂ ਲਈ ਫੰਡਿੰਗ ਬਾਹਰੋਂ ਹੋਈ, ਫੋਰਨ ਫੰਡਿੰਗ ਹੋਈ ਅਤੇ ਉਹ ਸਾਬਤ ਹੁੰਦੀ ਹੈ ਤਾਂ ਫਿਰ ਦੱਸ ਦਿਓ, ਸਿੱਧ ਹੋ ਜੂਗਾ ਕਿ ਅੰਮ੍ਰਿਤਪਾਲ ਬੰਦਾ ਪਲਾਂਟਡ ਸੀ, ਕਿਤੋਂ ਬਾਹਰੋਂ ਨੋਟ ਡਿੱਗਦੇ ਸੀ ਉਹਦੇ ਕੋਲ ਤਾਂ ਫਿਰ ਤੱਤੇ ਭਾਸ਼ਣ ਦਿੰਦਾ ਸੀ, ਤਾਂ ਕਿੰਨਾ ਫਾਇਦਾ ਪੰਜਾਬ ਪੁਲਿਸ ਦਾ ਹੋਣਾ ਸੀ, ਪੰਜਾਬ ਸਰਕਾਰ ਦਾ ਹੋਣਾ ਸੀ, ਅਮਨ ਕਾਨੂੰਨ ਦੀ ਵਿਵਸਥਾ ਦਾ ਹੋਣਾ ਸੀ, ਨਹੀਂ ਦੱਸਿਆ। ਫਿਰ ਅਗਲੀ ਗੱਲ ਜੀ ਕਹਿੰਦੇ ਮਰਿਆਦਾ ਬਾਰੇ ਜਿਹੜਾ ਸਵਾਲ ਕੀਤਾ ਉਹਨੇ ਆਜ਼ਾਦ ਵੀਰ ਸਿੰਘ ਨੇ ਪ੍ਰੈਸ ਕਾਨਫਰੰਸ, ਕੋਈ ਉਹਦਾ ਜ਼ਿਕਰ ਨਹੀਂ। ਜੇ ਜ਼ਿਕਰ ਕੀਤਾ ਜਾਂਦਾ ਵੀ ਮਰਿਆਦਾ ਦੀ ਗੱਲ ਕੀਤੀ ਆ ਤਾਂ SGPC ਨੂੰ ਐਕਸਪਲੇਨ ਕਰਨਾ ਪੈਣਾ ਸੀ,
SGPC ਦੇ ਲੋਕ ਵੀ ਤਾਂ ਦਿਬਰੂਗੜ੍ਹ 'ਚ ਜਿਹੜੇ ਬੰਦੇ ਬੰਦ ਹੋਏ ਆ ਉਹਨਾਂ ਦੀ ਹਮਾਇਤ ਮੁਤਜੀ ਕਰੀ ਜਾਂਦੇ ਆ, ਵਿੱਚ ਵਕੀਲ ਭੇਜੀ ਜਾਂਦੇ ਆ ਆਪਦੇ ਖਰਚੇ 'ਤੇ, ਮਤਲਬ ਕਿ ਗੁਰੂ ਦੀ ਗੋਲਕ 'ਚੋਂ ਫੀਸਾਂ ਦੇ ਕੇ ਸਾਰੇ ਸਿੱਖ ਤਾਂ ਮੰਨਦੇ ਨਹੀਂ ਵੀ ਕੰਮ ਗਲਤ ਹੋਇਆ, ਦਿਬਰੂਗੜ੍ਹ ਭੇਜੇ ਬੰਦੇ ਜਿਹੜੇ, ਫਿਰ ਮੱਥਾ ਦਸ ਵੀ ਟੇਕਦੇ ਆ, ਹੋਰ ਵੀ ਟੇਕਦੇ ਆ, ਸਾਡੀ ਤੁਸੀਂ ਜਿਹੜੀ ਸ਼ਰਧਾ ਉਹ ਵਿੱਚੋਂ ਤੁਸੀਂ ਪੂੰਜੀ ਕੱਢ ਕੇ ਹੋਰ ਕੰਮ 'ਤੇ ਲਾਈ ਜਾਂਦੇ ਹੋ। ਅਤੇ ਫਿਰ SGPC ਨੂੰ ਇੱਥੇ ਜਵਾਬ ਦੇਣਾ ਪੈਣਾ ਸੀ ਵੀ ਅਸੀਂ ਮਰਿਆਦਾ ਜਿਹੜੀ ਭੰਗ ਕੀਤੀ ਹੈ ਸਾਨੂੰ ਦੱਸਿਆ ਜਾਵੇ, ਅਸੀਂ ਠੀਕ ਕਰਾਂਗੇ ਜਾਂ ਨਹੀਂ ਕਰਾਂਗੇ। ਸੋ ਇਹ ਜਿਹੜਾ ਸਵਾਲ ਆ ਇਹ SGPC ਦੇ ਪਾਲੇ 'ਚ ਸਿੱਟ ਦੇਣਾ ਚਾਹੀਦਾ ਸੀ ਪੁਲਿਸ ਨੂੰ, ਅਤੇ ਨਹੀਂ ਸਿੱਟਿਆ। ਇਹ ਹੁਣ ਪੁਲਿਸ ਦੱਸੂਗੀ ਕਿਉਂ ਨਹੀਂ ਸਿੱਟਿਆ। ਹੁਣ ਤੁਹਾਨੂੰ ਬਰੀਫਲੀ 6 ਸਵਾਲਾਂ ਬਾਰੇ ਦੱਸਦੇ ਹਾਂ ਜਿਹੜੇ ਅਸੀਂ ਪੰਜਾਬ ਪੁਲਿਸ ਦੇ ਅੰਮ੍ਰਿਤਸਰ ਸ਼ਹਿਰ ਵਾਲੇ ਯੂਨਿਟ ਨੂੰ ਭੇਜੇ। ਅਸੀਂ ਪੁੱਛਿਆ ਜੀ ਉਹਨਾਂ ਨੂੰ, ਅਸੀਂ ਥੋੜ੍ਹੇ ਸਵਾਲ ਨਾ ਮਤਲਬ ਕਿ ਜਿਹਨੂੰ ਕਹਿੰਦੇ ਗੋਲ ਰੱਖਿਆ, ਅਸੀਂ ਬੰਬ ਧਮਾਕਿਆਂ ਦੇ ਵਿੱਚ ਕੀ ਵਾਰਿਸ ਪੰਜਾਬ ਦਾ ਕੋਈ ਲਿੰਕ ਸਾਬਤ ਹੁੰਦਾ। ਖੈਰ ਇਹ ਪਹਿਲਾ ਸਵਾਲ ਸੀ ਸਾਡਾ। ਦੂਜਾ ਸਵਾਲ ਅਸੀਂ ਪੁੱਛਿਆ ਜੀ ਰੈਡੀਕਲ ਲਿਟਰੇਚਰ ਦੇ ਵਿੱਚ ਲਿਖਿਆ ਕੀ ਹੈ ਜੀ। ਇਹ ਨਹੀਂ ਅਸੀਂ ਦੱਸਿਆ ਵੀ ਸਾਨੂੰ ਪਤਾ ਲਿਖਿਆ ਕੀ ਹੈ, ਸਾਡੇ ਕੋਲ ਜੋ ਕੁਝ ਲਿਖਿਆ ਪੋਸਟਰ ਬਾਰੇ ਜਾਣਕਾਰੀ ਮਿਲ ਗਈ ਆ। ਅਸੀਂ ਤਾਂ ਕਿਹਾ ਵੀ ਤੁਸੀਂ ਦੱਸੋ, ਅਸੀਂ ਤਾਂ ਤੁਹਾਡੇ ਤੋਂ ਕਨਫਰਮੇਸ਼ਨ ਚਾਹੁੰਦੇ ਹਾਂ। ਪਰ ਪੁਲਿਸ ਵਾਲਿਆਂ ਨੇ ਤਾਂ ਜਵਾਬ ਜੂ ਸਾਨੂੰ ਦਿੱਤਾ ਜੀ। ਫਿਰ ਅਸੀਂ ਕਿਹਾ ਜੀ ਤੰਬਾਕੂ ਮੁਕਤ ਬਾਰੇ ਕੋਈ ਗੱਲ ਲਿਖੀ ਹੈ ਜੀ, ਕੋਈ ਜਵਾਬ ਨਹੀਂ ਦਿੱਤਾ। ਫਿਰ ਅਸੀਂ ਪੁੱਛਿਆ ਜੀ ਆਜ਼ਾਦ ਵੀਰ ਦੇ ਬਾਰੇ, ਜਿਹੜਾ ਤੁਸੀਂ 2 ਪਰਚੇ ਕਹਿੰਦੇ ਹੋ ਦਰਜ ਹੋਏ ਆ, ਉਹ ਨਸ਼ਾ ਕਿੰਨਾ ਫੜਿਆ, ਕੁਆਂਟਿਟੀ ਕੀ ਸੀ, ਅਤੇ ਉਹਦੀ ਤਫਤੀਸ਼ ਪਹੁੰਚੀ ਕਿੱਥੇ ਤੱਕ, ਅਤੇ ਉਹਦਾ ਚਲਾਨ ਕਦੋਂ ਪੇਸ਼ ਕਰੋਗੇ, ਕਿੰਨੇ ਦਿਨ 'ਚ ਕਰੋਗੇ, ਮਹੀਨਿਆਂ 'ਚ ਕਰੋਗੇ। ਜਦੋਂ ਆਜ਼ਾਦ ਵੀਰ ਸਿੰਘ ਤੋਂ ਨਸ਼ਾ ਫੜਿਆ ਗਿਆ, NDPS ਦਾ ਪਰਚਾ ਦਰਜ ਹੋ ਗਿਆ, ਫਿਰ ਅਗਲੀ ਕਾਰਵਾਈ ਤਾਂ ਇਹੀ ਜਾਂਦੀ ਜੀ ਕੋਰਟ ਦੇ ਵਿੱਚ ਚਲਾਨ ਪੇਸ਼ ਹੋਣਾ। ਅਤੇ ਅਸੀਂ ਬੇਨਤੀ ਕੀਤੀ ਅੰਮ੍ਰਿਤਸਰ ਪੁਲਿਸ ਨੂੰ, ਬਾਈ ਜੀ ਦੱਸੋ ਵੀਰ ਬਣ ਕੇ ਕਦੋਂ ਚਲਾਨ ਪੇਸ਼ ਕਰੋਗੇ, ਕੋਈ ਜਵਾਬ ਨਹੀਂ ਆਇਆ। ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਪੈਸੇ ਬਾਹਰੋਂ ਆ ਗਏ, ਸਾਨੂੰ ਦੱਸ ਦਿਓ ਵੀ ਕਿਹੜੇ ਖਾਤੇ 'ਚ ਆਏ ਸੀ, ਕਿਹਦੇ ਨਾਂ 'ਤੇ ਆਏ ਸੀ, ਕਿਹੜੇ ਮੁਲਕ ਤੋਂ ਆਏ ਸੀ, ਕਨੇਡਾ ਤੋਂ ਆਏ ਸੀ, ਅਮਰੀਕਾ ਤੋਂ ਆਏ, ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ, ਦੱਸੋ ਤਾਂ ਸਹੀ। ਖੈਰ ਜੀ ਉਹਨਾਂ ਨੇ ਇਹਦਾ ਵੀ ਕੋਈ ਜਵਾਬ ਦਿੱਤਾ ਨਹੀਂ। ਖੈਰ ਹੋ ਸਕਦਾ ਉਹ ਹਜੇ ਜਾਂਚ ਚੱਲ ਰਹੀ ਹੋਏ ਅਤੇ ਸਾਡੀ ਖਬਰ ਪਹਿਲਾਂ ਆ ਗਈ, ਦੱਸ ਦੇਣਗੇ ਕੁਛ ਆਉਣ ਵਾਲੇ ਦਿਨਾਂ 'ਚ ਜੇ ਉਹਨਾਂ ਨੂੰ ਪਤਾ ਲੱਗ ਗਿਆ। ਹਾਂਜੀ ਦੱਸ ਦੇਣਗੇ ਉਮੀਦ ਆ। ਹੁਣ ਅਸੀਂ ਆਉਂਦੇ ਹਾਂ ਅਗਲੀ ਗੱਲ 'ਤੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਗੱਲ ਕਰਦੇ ਹਾਂ। ਗਿਆਨੀ ਜੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਹ ਧਮਾਕੇ ਸ਼ਾਇਦ ਇਸ ਕਰਕੇ ਹੋਏ ਆ ਕਿ ਬੀਤੇ ਦਿਨਾਂ ਦੇ ਵਿੱਚ ਮਾਹੌਲ ਖਰਾਬ ਕਰਤਾ ਗਿਆ ਸੀ। ਉਹ ਮਾਹੌਲ ਜਦੋਂ ਖਰਾਬ ਹੋ ਗਿਆ ਜੀ, ਤੁਸੀਂ ਹੁਣ ਹਿਸਾਬ ਲਾ ਲਓ ਵੀ ਉਹ ਕਿਉਂ ਖਰਾਬ ਹੋਇਆ ਸੀ। ਉਹ ਖਰਾਬ ਤਾਂ ਹੋਇਆ ਸੀ ਵੀ ਅੰਮ੍ਰਿਤਪਾਲ ਅਤੇ ਉਹਦੇ ਜਿਹੜੇ ਬੰਦੇ ਸੀ ਉਹ ਤਾਂ NSA ਲਾ ਕੇ ਦਿਬਰੂਗੜ੍ਹ ਭੇਜਤੇ, SGPC ਨੇ ਰੌਲਾ ਗੋਲਾ ਜਿਹਾ ਵੀ ਪਾਇਆ, ਵਕੀਲ ਵਕੂਲ ਜਿਹੇ ਵੀ ਭੇਜੇ। ਸੋ ਇਹ ਮਤਲਬ ਕਿ ਕਨੈਕਸ਼ਨ ਉੱਥੇ ਜੋੜ ਰਹੇ ਵੀ ਉਹਨਾਂ ਨੇ ਮਾਹੌਲ ਖਰਾਬ ਹੋ ਗਿਆ ਸੀ, ਇਸ ਕਰਕੇ ਬੰਬ ਧਮਾਕੇ ਹੋ ਗਏ। ਚਲੋ ਗਿਆਨੀ ਜੀ ਦੀ ਗੱਲ ਮੰਨ ਲੈਂਦੇ, ਧਮਾਕੇ ਤਾਂ ਹੋਏ ਕਿਉਂਕਿ ਤੁਸੀਂ ਦਿਬਰੂਗੜ੍ਹ ਭੇਜਤੇ ਬੰਦੇ, ਸਿੱਖ ਭੇਜਤੇ। ਫਿਰ ਮੈਨੂੰ ਇਹ ਦੱਸੋ ਗਿਆਨੀ ਜੀ, ਮੈਂ ਸਵਾਲ ਪੁੱਛਦਾ, ਜੀ ਕਰਦਾ ਤੁਹਾਨੂੰ ਪੁੱਛਾਂ ਵੀ ਜਿਹੜੇ ਬੰਦੇ 'ਤੇ ਕੋਈ ਧੱਕਾ ਕਰਦਾ, ਕਿਸੇ ਨਾਲ ਧੱਕਾ ਹੋ ਗਿਆ, ਉਹ ਤੰਗ ਹੋ ਕੇ ਟੱਕਰ ਕੀ 'ਚ ਮਾਰੂ, ਟੱਕਰ ਉਹ 'ਚ ਮਾਰੂ ਜਿਹੜਾ ਬੰਦਾ ਉਹਦੇ ਨਾਲ ਧੱਕਾ ਕਰਦਾ, ਜਾਂ ਫਿਰ ਉਹਦੇ 'ਚ ਟੱਕਰ ਮਾਰੂ ਜਿਹੜਾ ਉਹਦਾ ਹਮਾਇਤ ਕਰਦਾ। ਵੀ ਦਰਬਾਰ ਸਾਹਿਬ 'ਚ SGPC ਆ, ਦਰਬਾਰ ਸਾਹਿਬ 'ਚ ਅਕਾਲ ਤਖ਼ਤ ਦੇ ਜਥੇਦਾਰ ਬੈਠਦੇ ਆ, ਅਤੇ ਬੰਬ ਧਮਾਕੇ ਫਿਰ ਜਾ ਕੇ ਅਕਾਲ ਤਖ਼ਤ ਦੇ ਵਿੱਚ ਆਪਣਾ ਦਰਬਾਰ ਸਾਹਿਬ ਦੇ ਵਿੱਚ ਕਰਨਗੇ ਕਿਉਂ, ਉਹ ਕਰਨਗੇ ਧਮਾਕੇ ਤਾਂ ਚੰਡੀਗੜ੍ਹ ਕਰਨਗੇ, ਸੈਕਟਰੀਏਟ 'ਚ ਕਰਨਗੇ, ਜਾਂ ਉਹ SSP ਦੇ ਕਰਨਗੇ, DC ਦੇ ਕਰਨਗੇ, ਜਿਨ੍ਹਾਂ ਨੇ NSA ਲਾਇਆ ਉਹ 'ਤੇ ਫਿਰ ਇਹ ਮਤਲਬ ਗੱਲ ਜਾਂਦੀ ਕਿੱਧਰ ਨੂੰ ਆ। ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਇਹਦਾ ਜਵਾਬ ਦਿਓ। ਫਿਰ ਅਖੀਰਲੀ ਗੱਲ ਜਿਹੜੀ ਇੱਕ ਹੋਰ ਕਹੀ ਉਹਨਾਂ ਨੇ, ਜੀ ਤਾਂ ਮੇਰਾ ਜੀ ਕਰਦਾ ਵੀ ਮੈਂ ਚੰਗੀ ਤਰ੍ਹਾਂ ਬੋਲਾਂ, ਉਹ ਕਹਿੰਦੇ ਕਿ ਜਿਹੜੇ ਬੰਬ ਧਮਾਕੇ ਹੈ ਜੀ ਇਹ ਧਰੁਵੀਕਰਨ, ਆਈ ਥਿੰਕ ਯੂ ਅੰਡਰਸਟੈਂਡ ਦਿਸ, ਧਰੁਵੀਕਰਨ ਪੋਲਰਾਈਜੇਸ਼ਨ ਕਰਾਉਣ ਲਈ ਕੀਤੇ ਗਏ। ਉਹ ਪੋਲਰਾਈਜੇਸ਼ਨ ਕੀ ਹੁੰਦੀ ਆ? ਪੋਲਰਾਈਜੇਸ਼ਨ ਹੁੰਦੀ ਆ ਜੀ ਇੱਕ ਮਜ਼ਹਬ ਦੇ ਬੰਦਿਆਂ ਨੂੰ ਦੂਜੇ ਮਜ਼ਹਬ ਦੇ ਬੰਦਿਆਂ ਦੇ ਉਲਟ ਕਰਨਾ, ਟੈਂਸ਼ਨ ਕ੍ਰੀਏਟ ਕਰਨੀ, ਅਤੇ ਫਿਰ ਕੁਛ ਬੰਦਿਆਂ ਨੂੰ ਕਿ ਧਰਮ ਦੇ ਬੰਦਿਆਂ ਤੋਂ ਵੋਟਾਂ ਆਪਦੇ ਹੱਕ 'ਚ ਪਾ ਲੈਣੀਆਂ, ਜਿਵੇਂ ਕਿ ਇਲੈਕਸ਼ਨ ਦੇ ਵਿੱਚ ਭਾਜਪਾ ਹੀ ਕਰਦੇ ਆ, BJP ਦੀ ਇਹ ਪੋਲਿਸੀ ਆ ਨੈਸ਼ਨਲ ਲੈਵਲ 'ਤੇ
कि जिहड़ा हिंदू बहुमत वाला मुल्क आ वो फिर उन्होंने पोलराइजेशन कर दो उल्ट मुसलमानों के। साड़ी तो गिनती बहुत थोड़ी है सिखा मुसलमानों नाल उन्होंने पोलराइजेशन का प्रोग्राम तो भी करन दा चलता है, इस कोई शक नहीं। हुण इस चीज़ नूं आपां जे एनालाइज करिए विश्लेषण करिए, जे तुसीं ध्रुवीकरण करना सी जिहड़े भी बंदिआं ने बंब चलाया मन लैंदे आ, जे उह ध्रुवीकरण करदे मंदिर जा के ते उत्थे जा के सिड़दे परचा बई अमृतपाल नूं छड्डो ते आह कुछ करो पुलिस दी वर्दी खालसाई पवाओ, फिर तो हिंदुओं ने कहना सी यार अमृतपाल के बंदे करी की जाते सारा डराई जाते, फिर उन्होंने उल्ट हो जाना सी कि वो पार्टियां जिहड़ियां सिख पार्टियां यानी कि जिहड़ी अकाली दल अपने सिख पार्टी कहिंदी आ, फिर हो जाना सी ध्रुवीकरण। अगे चोण आ रही सी जलंधर दी वोटां पैणियां सी, ध्रुवीकरण हो जाना सी। फिर जो बंदे मतलब कि फड़े जिहड़े गए सी सी टी वी दे विच ओह सिख आ, ओह रिहाई किहदी मंग रहे आ, सिखां दी मंग रहे आ, हाँ जी, तो फिर बंब भी वह सिखा दे अपना गुरु घर चला रहे हैं, फिर ध्रुवीकरण किवें होजू? मैं समझाओ ज्ञानी जी, मैं समझ नहीं आई मैं तो ज्ञानी जी की गल, मैं होर भी हैरानी वाली गल आई है, उस मीडिया बैठा हूँ भी क्वेश्चन ही पूछ लो भी ज्ञानी जी इन स्पष्ट करो, दो चार सवाल पूछो ज्ञानी जी को, मतलब कि तुम जवाब तब भी करो ना दी, ये थोड़ी है भी जो तुम पदवी देती तुम जो थोड़ा जी चाहता कही चलो, क्यों तुम यह गल करते हो? ज्ञानी जी सवाल तो होर भी मैं बड़े पूछने, कदे मौका देंगे इंटरव्यू का मैं करूँगा, मैं बेनती भी की मैं ज्ञानी जी ना मुलाकात करनी आ, तो कहते जी ज्ञानी जी दे तुसी ना जी वीडियो देख लो उन्होंने उत्ते पेज पर पे अजी पी दे मुलाकात का समा है नहीं, कुछ सवाल पूछने हैं मैं, जिमें सवाल एक तो मेन यही आ भी अजनाले जिहड़ा कांड होया अमृतपाल गुरु ग्रंथ साहब की बीड लेके गया शील्ड बना के लग्या थाने ते हमला किया, उहदे बारे एक कमेटी बनी सी जिन्हें आपकी रिपोर्ट 15 दिन च देनी सी, अकाल तख्त साहब के जथेदार ने बनाई सी। हुण जो मैनू जानकारी मिली है जी वो रिपोर्ट उन्होंने देती, जे देती तो फिर हुण तक जनतक क्यों नहीं की, जे देती तो उहदे विच जो लिखा है उन्होंने इंप्लीमेंट क्यों नहीं किया, कोई दिशा निर्देश कौम नूं क्यों नहीं दिते, तो जे पुछीदा फिर कह दें जी ज्ञानी जी ने तो जो कहना वह आपके वीडियो बना के कह दें। सो मैं बेनती करदा इत्थे एस जी पी सी दे सारे प्रबंधकों कि मैनू जी मौका दिता जाए, मैं जथेदार साहब नाल कोई इंटरव्यू कर लाँ किसी हिसाब ना बह के, तो बाकी वो तो बहुत पढ़े लिखे व्यक्ति ने पी एच डी ने जी, असी घट पढ़े लिखियां नूं भी चांस दिओ कि ज्ञान हासिल करन दा। सो ये जिहड़ी गल्लां हैगियां ने मेरे दर्शको प्यारे दर्शको थोड़े सामने रखतियां, मतलब ये सिद्ध हो गया कि बंब धमाकियां दा जिहड़ा कनैक्शन आ लिंक आ वो अमृतपाल दे नाल आ, वारिस पंजाब दे नाल आ, ते धमाके कीते गए दरबार साहब दे विच। हुण तुसीं पुछो इस जथेबंदी नूं कि तुसीं दरबार साहब दे विच ही धमाके क्यों कीते, की हासिल होया? इन्हां गल्लां दे नाल मैं ज़्यादा चाहुंदा, सत श्री अकाल, नमस्कार, खुदा हाफिज़।